ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਕੇਂਦਰੀ ਸਬਿਆਚਾਰ ਰਾਜ ਮੰਤਰੀ ਅਰਜੂਨਾਮ ਮੇਗਵਾਲ ਆਪਣੇ ਜਲੰਧਰ ਲੋਕਸਭਾ ਹਲਕੇ ਦੇ ਇੱਕ ਦਿਨ ਦੇ ਪ੍ਰਵਾਸ ਤਹਿਤ ਅੱਜ ਜਲੰਧਰ ਪੁੱਜੇ ਜਲੰਧਰ ਦੇ ਰੈੱਡ ਕਰਾਸ ਭਵਨ ਵਿੱਚ ਉਹਨਾਂ ਕੇਂਦਰ ਸਰਕਾਰ ਦੀਆਂ ਜਨ ਕਲਿਆਣਕਾਰੀ ਅਤੇ ਵਿਕਾਸਵਾਦੀ ਯੋਜਨਾਵਾਂ ਤੋਂ ਲਾਭ ਲੈਣ ਵਾਲੇ ਹਲਕੇ ਦੇ ਲਾਭਪਾਤਰੀਆਂ ਤੇ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਨਾਲ ਇੱਕ ਮੀਟਿੰਗ ਕੀਤੀ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਜੂਨਾਮ ਮੇਗਪਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਪੰਜਾਬ ਨੂੰ ਹਰ ਯੋਜਨਾ ਦਾ लाभ दे रही है इस सही तरीके नाल लागू करना पंजाब सरकार की जिम्मेवारी है मैं फिर आपको विश्वास दिलाना चाहता हूँ कि मोदी जी के नेतृत्व में जो सरकार चल रही है केंद्र में वो बिना भेदभाव नीति अपनाते हुए चलती है जो ड्यू पंजाब का है वो मिलेगा लेकिन पंजाब सरकार की भी ड्यूटी है कि वो जो योजनाएं मोदी सरकार की है उसको सही ढंग से इम्प्लीमेंट करे ਜਿ세 ਨੀਚੇ ਤੱਕ ਯੋਜਨਾਇਆਂ ਪਹੁੰਚੇ ਅਤੇ ਲੋਕਾਂ ਨੂੰ ਲਾਭ ਮਿਲੇ